ਕਾਲ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਠੀਕ ਠਾਕ ਸਭ? ਹਾਂਜੀ ਉਮੀਦ ਆ ਕਿ ਖੁਸ਼ ਹੋਵੋਗੇ। ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਭਾਵ ਹੋਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਸਾਡੇ ਘਰ ਲੱਗਣ ਜਾ ਰਹੀ ਆ, ਅਤੇ ਬਾਕੀ ਵੀਰ ਲਾਡੀ ਹੁਣੀ ਦੱਸਦੇ ਨੇ। ਹਾਂਜੀ ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਬਾਬਾ ਜੀ ਨੇ ਕਿਰਪਾ ਕੀਤੀ, ਬਾਬਾ ਜੀ ਦੀ ਮਹਾਰਾਜ ਦਾ ਸਰੂਪ ਆਪਣੇ ਘਰ ਥੋੜ੍ਹੇ ਕੁ ਟਾਈਮ ਤੱਕ ਆਪਾਂ ਲੈਣ ਜਾ ਰਹੇ ਹਾਂ। ਤਿਆਰੀਆਂ ਹੋ ਚੁੱਕੀਆਂ, ਬਾਬਾ ਜੀ ਨੇ ਆਪਣਾ ਮਤਲਬ ਕਿ ਜੰਡੋਆ ਸਾਹਿਬ ਵਗੈਰਾ ਉਹ ਸਾਰਾ ਕੁਝ ਲਾ ਚੁੱਕੇ ਨੇ, ਅਤੇ ਬਸ ਕੁਝ ਤੁਹਾਨੂੰ ਪਤਾ ਹੁੰਦੇ ਆ ਬਾਬਾ ਜੀ ਦੇ ਕੁਝ ਕੰਮ, ਅਤੇ ਉਹ ਉਸ ਤੋਂ ਬਾਅਦ ਕਰਕੇ ਅਤੇ ਫਿਰ ਆਪਾਂ ਲਿਆਵਾਂਗੇ ਮਹਾਰਾਜ ਦੇ ਚਰਨ ਪੈਣਗੇ ਜੀ ਸਾਡੇ ਮਾੜਿਆਂ ਦੇ ਘਰ। ਵਾਹਿਗੁਰੂ ਬਾਬਾ ਜੀ ਕਿਰਪਾ ਕਰਨ ਸਾਰਿਆਂ ਦੇ, ਜਿੰਨੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਾਰੇ ਖੁਸ਼ ਰਹੋ ਜੀ, ਗੁਰੂ ਘਰ ਜਾਇਆ ਕਰੋ, ਤੁਹਾਨੂੰ ਪਤਾ ਉਸ ਤੋਂ ਉੱਪਰ ਕੁਝ ਨਹੀਂ ਹੈਗਾ। ਸੋ ਆ ਵੀਰ ਆ ਟਾਈਮ ਨਾਲ ਹੀ ਆ ਚੁੱਕੇ ਕੰਮਕਾਰ, ਕਈ ਥੋੜ੍ਹਾ ਜਿਹਾ ਹੁੰਦੇ ਆ ਕਈ ਬੰਦੇ ਇੱਦਾਂ ਦੇ ਉੱਦਾਂ ਅੱਗੋਂ ਪਿੱਛੋਂ ਹੈ ਨਾ ਰਹਿੰਦੇ ਨਾਲ ਵਿਆਹ ਸ਼ਾਦੀ ਦੇ, ਕਈ ਬੰਦੇ ਇਹੋ ਜਿਹੇ ਯਾਰ ਵਿਹਲੇ ਹੁੰਦੇ ਕਿ ਜਦੋਂ ਕੋਈ ਪ੍ਰੋਗਰਾਮ ਹੋਵੇ ਉੱਦਣ ਨਹੀਂ ਕੋਈ ਵੀ ਦੇਦਾ, ਹਾਲਾਂਕਿ ਆਪਣਾ ਕਿਹੜਾ ਇੱਥੇ ਕੋਈ ਭਾਰ ਦਾ ਕੰਮ ਹੁੰਦਾ ਨਾ, ਪਰ ਉਦੋਂ ਫਿਰ ਥੋੜ੍ਹਾ ਜਿਹਾ ਹੁੰਦਾ ਵਾ। ਬਾਕੀ ਆਹ ਵੀਰ ਤਾਂ ਰਾਤ ਦਿਨ ਜਦੋਂ ਉਸੇ ਵਾਲੇ ਤਕੜ ਤਕੜ ਹਾਜ਼ਰੀ ਹੁੰਦਾ ਭਰਾ। ਅਤੇ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਆਪਣਾ ਪਹਿਲਾ ਵਲੋਗ ਹੈ ਜੀ ਇਹ ਪ੍ਰੋਫੈਸ਼ਨਲੀ, ਠੀਕ ਹੈ ਜੀ? ਅਤੇ ਆਪਾਂ ਹੁਣ ਇੱਦਾਂ ਚੀਜ਼ਾਂ ਕਰਿਆ ਕਰਾਂਗੇ ਕੰਟੀਨਿਊ, ਨਾਲ ਨਾਲ ਆਪਾਂ ਡੇਲੀ ਰੂਟੀਨ ਦਿਖਾਇਆ ਕਰਾਂਗੇ, ਅਤੇ ਤੁਸੀਂ ਚੈਨਲ ਦੇ ਨਾਲ ਸਬਸਕ੍ਰਾਈਬ ਕਰਕੇ ਜੁੜ ਲਿਓ। ਅਤੇ ਆਪਾਂ ਗੱਡੀ ਦੇ ਵਲੋਗ, ਹੋਰ ਘਰ ਬਾਹਰ ਲੱਲੜ ਪੱਲੜ, ਜੋ ਮੈਂ ਮਿਊਜ਼ਿਕ ਕਰਦਾ ਕਿੱਦਾਂ ਵੀ ਆਪਾਂ ਸੋ ਕਰਾਂਗੇ। ਸੋ ਠੀਕ ਹੈ ਜੀ, ਫਿਰ ਆਪਾਂ ਜਦੋਂ ਮਹਾਰਾਜ ਦਾ ਪ੍ਰਕਾਸ਼ ਲਿਆਵਾਂਗੇ ਉਦੋਂ ਤੁਹਾਨੂੰ ਕਲਿੱਪ ਨਾਲ ਜੁੜਾਂਗੇ, ਸੋ ਜੁੜੇ ਰਹੋ ਨਾਲ। ਅਤੇ ਇੱਧਰ ਸਿੰਘ ਸਾਹਿਬ ਜੀ ਆ ਚੁੱਕੇ ਨੇ ਆਪਣਾ ਲੈ ਕੇ ਸ਼ਸਤਰ ਸਮਾਨ। ਸੋ ਵਧੀਆ ਐਸ਼ੀਆਂ, ਉਹ ਇੱਕ ਸਿੰਘ ਸਾਹਿਬ ਜੀ ਆ ਰਹੇ ਨੇ, ਦੇਖੋ ਲੈ ਕੇ ਬਾਬਾ ਜੀ। ਉਹ ਫਿਰ ਕਵਰ ਪਾ, ਆਹ ਪੁਰਾਣੀ ਅੱਜ ਕਰ ਲਈ ਸਾਹ, ਪਰ ਮੀਂਹ ਬੜਾ ਸਾਡੇ ਇੱਧਰ ਏਰੀਏ ਦੇ ਵਿੱਚ ਪਿਆ, ਇੱਧਰ ਦੇਖੋ ਸੜਕਾਂ ਸੜਕਾਂ ਸਾਰੀਆਂ ਗੰਦੀਆਂ ਹੋਈਆਂ, ਤਾਂ ਫਿਰ ਮੈਂ ਕਿਹਾ ਮਹਾਰਾਜ ਦਾ ਸਰੂਪ ਆਪਾਂ ਗੱਡੀ ਦੇ ਵਿੱਚ ਹੀ ਲੈ ਆਉਂਦੇ ਹਾਂ, ਅਤੇ ਤਾਂ ਕਰਕੇ ਹੋ ਗਈ ਤਿਆਰੀ। ਅਤੇ ਮੈਂ ਫਿਰ ਮਹਾਰਾਜ ਦਾ ਸਰੂਪ ਦੇਖ ਲਓ ਕਿੰਨੇ ਰੱਖਣਾ ਸਿਰ 'ਤੇ, ਆਪਾਂ ਦੋਵਾਂ ਜਾਣਾ ਵਾ, ਅਤੇ ਬਾਕੀ ਬਾਬਾ ਜੀ ਹੋ ਜਾਣਗੇ ਤਿੰਨ ਜਾਣੇ ਮਗਰ ਬਹਿਣਗੇ, ਆਪ ਮੈਂ ਚਲਾ ਲਊਂਗਾ ਤੁਸੀਂ ਅੱਗੇ ਬਹਿ ਜਾਓ, ਅਤੇ ਉੱਥੋਂ ਮੋੜ ਲਾਂਗੇ ਸੜਕ ਤੋਂ ਹੀ ਨਾ, ਹੋ ਜਾਣੇ ਨਾ ਪੂਰੇ, ਨਹੀਂ ਤਾਂ ਨਹੀਂ ਨਹੀਂ 3-5 ਬਾਈਕ ਕੋਈ ਨਹੀਂ। ਸੋ ਆ ਜੀ ਗੱਡੀ, ਤਾਂ ਬਸ ਹੁਣ ਡੀਕ ਰਹੇ ਬਾਬਾ ਜੀ ਜਦੋਂ ਕਹਿੰਦੇ ਆ ਫਿਰ ਆਪਾਂ ਪਾਉਂਦੇ ਹਾਂ, ਚੱਲ ਪਰਨਾ ਵਧੀਆ ਵੱਜਿਆ ਵਾ ਪਰਨੇ, ਹਾਂ ਸੋਹਣਾ ਸੋਹਣਾ ਵਧੀਆ। ਮਹਾਰਾਜ ਕਰਨ ਕਿਰਪਾ ਕਿਤੇ ਦਮਾਲੇ ਸੱਜਣ, ਨਹੀਂ ਨਹੀਂ ਸੱਜਣਗੇ ਪਾਣੀ ਪਾਉਣਾ ਦਮਾਲੇ। ਵਧੀਆ ਬੰਦਾ, ਬਹੁਤ ਵਧੀਆ, ਪਰ ਸਾਹਮਣੇ
ਰੋਟੀ ਪਾਣੀ ਲਾਉਣ ਦਾ ਕਿੱਥੇ ਰਹੂ ਫਿਰ ਇੱਥੇ ਚਾਹ ਪਾਣੀ ਦੇ ਅੰਦਰ ਹੀ ਦਰਬਾਰ ਹਾਂ ਦਰਬਾਰ ਨਾ ਤਾਂ ਹੀ ਹੈ ਨਾ ਦਰਬਾਰ ਫਿਰ ਇੱਥੇ ਲਾ ਕੇ ਆ ਫਿਰ ਤਾਂ ਬੜਾ ਆਇਆ ਫਿਰ ਤਾਂ ਕੋਈ ਚੱਕਰ ਹੀ ਨਹੀਂ ਫਿਰ ਤਾਂ ਬੜਾ ਤਕੜਾ ਹਾਲ ਹੋ ਟੋਟੇ ਬਣਾਈ ਦਿੰਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨੇ ਹਕ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨੇ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ
ਮਹਾਰਾਜ ਦਾ ਪ੍ਰਕਾਸ਼ ਜੀ ਆਪਾਂ ਕਰ ਲਿਆ ਘਰੇ ਤੁਹਾਨੂੰ ਨਿੱਕੇ ਮੋਟੇ ਘਰਾਂ ਦੇ ਕੰਮ ਤੁਹਾਨੂੰ ਪਤਾ ਹੀ ਆ ਕਦੀ ਆਹ ਚੀਜ਼ ਜਿੰਨਾ ਮਰਜ਼ੀ ਟਾਈਮ ਨਾਲ ਉੱਠ ਜੇ ਨਾ ਬੰਦਾ ਉਹ ਚੀਜ਼ਾਂ ਇੱਕ ਦੋ ਰਹਿ ਹੀ ਜਾਂਦੀਆਂ ਕਦੀ ਕੁਛ ਆਪਾਂ ਜਾਣ ਮਗਰੋਂ ਮੋੜ ਲਾਂਗੇ ਨਾ ਅੱਗੇ ਗੱਡੀ ਨੇ ਸਾਰੀ ਨਾ ਗੰਦੀ ਹੋ ਜਾਣਾ ਚਿੱਕੜ ਮਲਕੀਤ ਕੇ ਵੀਰ ਕੇ ਉਹ ਲੱਗ ਮੋੜ ਲਾਂਗੇ ਟੈਨਸ਼ਨ ਵੀ ਨਾ ਲੈ